ਸਾਡੇ ਸਹਿਯੋਗੀ ਅੰਕੁਸ਼ ਕੋਲੀ ਇਸ ਵੇਲੇ ਉਸ ਥਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਿੱਥੇ ਸਭ ਦੀਆਂ ਨਿਗਾਹਾਂ ਨੇ ਹਰ ਕੋਈ ਆਖਰੀ ਵਾਰ ਉਸ ਚਿਹਰੇ ਨੂੰ ਵੇਖ ਲੈਣਾ ਚਾਹੁੰਦਾ ਹੈ ਹਰ ਕੋਈ ਆਖਰੀ ਵਾਰ ਇਹ ਸਮਝ ਲੈਣਾ ਚਾਹੁੰਦਾ ਹੈ ਯਕੀਨ ਸ਼ਾਇਦ ਕਰ ਲੈਣਾ ਚਾਹੁੰਦਾ ਹੈ ਕਿ ਵਾਕਿਆ ਹੀ ਇਹ ਨੌਜਵਾਨ 6 ਫੁੱਟ ਦਾ ਇਹ ਗੱਭਰੂ ਜੋ ਲੱਖਾਂ ਕਰੋੜਾਂ ਦੀ ਭੀੜ ਇਕੱਠੀ ਕਰਨ ਦੀ ਸਮਰੱਥਾ ਰੱਖਦਾ ਸੀ ਅੱਜ ਇਸ ਤਰ੍ਹਾਂ ਚੁੱਪਚਾਪ ਸ਼ਾਂਤ ਬੇਜਾਨ ਇਸ ਮੋਰਚਰੀ ਦੇ ਵਿੱਚ ਲੇਟਿਆ ਹੋਇਆ ਹੈ ਅੰਕੁਸ਼ ਇਹ ਤਸਵੀਰਾਂ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਤੁਸੀਂ ਉਸ ਥਾਂ ਤੋਂ ਇਸ ਵੇਲੇ ਲਾਈਵ ਦੇ ਰਹੇ ਹੋ ਕੌਣ ਮੌਜੂਦ ਨੇ ਤੁਹਾਡੇ ਨਾਲ ਬਿਲਕੁਲ ਅਸੀਂ ਅਮ੍ਰਿਤਾ ਦੱਸ ਦਈਏ ਕਿ ਪਹਿਲਾਂ ਉਹਨਾਂ ਦੇ ਮਦਰ ਔਰ ਫਾਦਰ ਸਿੱਧੂ ਮੂਸੇਵਾਲਾ ਦੇ ਇੱਥੋਂ ਜਾ ਚੁੱਕੇ ਨੇ ਬਹੁਤ ਹਾਲਤ ਉਹਨਾਂ ਦੇ ਨਾਜ਼ੁਕ ਸੀ ਉਹਨਾਂ ਦੇ ਦੋਸਤ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਉਹਨਾਂ ਦੇ ਪਿੰਡ ਦੇ ਨੇ ਉਹ ਸਾਡੇ ਨਾਲ ਇਸ ਵੇਲੇ ਹੈਗੇ ਨੇ ਔਰ ਮੋਰਚਰੀ ਦੀਆਂ ਤਸਵੀਰਾਂ ਇੱਕ ਵਾਰ ਪਹਿਲਾਂ ਗੱਲਬਾਤ ਕਰਨ ਤੋਂ ਪਹਿਲਾਂ ਫਿਰ ਤੋਂ ਦਿਖਾ ਦਈਏ ਕਿ ਉਹੀ ਮੋਰਚਰੀ ਹੈ ਜਿੱਥੇ ਸਿੱਧੂ ਮੂਸੇਵਾਲਾ ਦਾ ਡੈੱਡ ਬੋਡੀ ਜਿਹੜੀ ਹੈਗੀ ਰੱਖੀ ਗਈ ਹੈ ਸਵੇਰੇ ਪੋਸਟਮਾਰਟਮ ਤੋਂ ਬਾਅਦ ਬੋਡੀ ਦਿੱਤੀ ਜਾਏਗੀ ਤੇ ਇਹ ਗੱਲਬਾਤ ਕਰ ਲੈਂਦੇ ਹਾਂ ਜਿਹੜੇ ਉਹਨਾਂ ਦੇ ਨਾਲ ਰਹੇ ਉਹਨਾਂ ਨੂੰ ਜਾਣਦੇ ਨੇ ਉਹਨਾਂ ਦੇ ਕਰੀਬੀ ਜਿਹੜੇ ਸਾਡੇ ਨਾਲ ਇਸ ਵੇਲੇ ਹੈਗੇ ਨੇ ਸਰ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਵੀਰ ਜੀ ਬਿਲਾ ਸਿੱਧੂ ਕੁਮਨ ਅੱਛਾ ਆਪਣਾ ਉਹਨਾਂ ਦੇ ਪਿੰਡ 'ਚ ਹੀ ਰਹਿੰਦੇ ਹੋ ਤੁਸੀਂ ਨਹੀਂ ਨਾਲ ਲੱਗਵੀਂ ਪਿੰਡ ਬਾਈ ਕੀ ਰਿਸ਼ਤਾ ਰਿਹਾ ਸ਼ੁਰੂ ਤੋਂ ਕਿਵੇਂ ਜਾਣ ਪਛਾਣ ਲਈ ਭਰਾ ਜੀ ਆਪਣਾ ਭਰਾ ਸੀ ਤੇ ਭਰਾ ਰਹੂਗਾ ਜੀ ਠੀਕ ਹੈ ਜੀ ਤੇ ਅੱਜ ਸਾਰਿਆਂ ਦੀਆਂ ਅੱਖਾਂ ਕਿਤੇ ਨਾ ਮੈਂ ਵੱਡੀ ਇੱਕ ਫੈਨ ਫੋਲੋਇੰਗ ਸੀ ਹਾਲਾਂਕਿ ਗੱਲ ਕੀਤੀ ਜਾਵੇ ਕਿਸੇ ਲਈ ਉਹ ਲੀਡਰ ਸੀ ਕਿਸੇ ਲਈ ਸਿੰਗਰ ਸੀ ਤੁਹਾਡੇ ਕਰੀਬੀ ਸੀ ਉਹਦੇ ਮਾਤਾ ਪਿਤਾ ਦਾ ਉਹਦਾ ਬੇਟਾ ਸੀਗਾ ਇਹ ਕਿਤੇ ਕਮੀ ਜਿਹੜੀ ਹੈ ਕਦੀ ਪੂਰੀ ਨਹੀਂ ਹੋਣ ਵਾਲੀ ਹੈਗੀ ਹੈ ਔਰ ਇਸ ਵੇਲੇ ਦੱਸੀਏ ਕਿ ਡੀਜੀਪੀ ਜਿਹੜੇ ਹੈਗੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਇੱਕ ਐਸਆਈਟੀ ਬਣਾਤੀ ਗਈ ਹੈਗੀ ਹੈ ਆਈਜੀਡੈਂਟ ਜਿਹੜੇ ਹੈਗੇ ਬਠਿੰਡਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈਗੀ ਹੈ ਕੀ ਕਹਣਾ ਜੀ ਹੁਣ ਤਾਂ ਇੱਕ ਮਿੰਟ ਬਾਈ ਜੀ ਕੱਲ ਭਗਵੰਤ ਮਾਨ ਨੇ ਕਹਿਤਾ ਵੀ ਮੈਂ ਸੁਰੱਖਿਆ ਵਾਪਸ ਲੈ ਲਈ ਠੀਕ ਹੈ ਨਾ ਲੈਤੀ ਨੇ ਨਹੀਂ ਲੈਤੀ ਪਰ ਉਹਨੇ ਅਲਰਟ ਕਰਤਾ ਲੋਕਾਂ ਨੂੰ ਦੱਸਤਾ ਵੀ ਸਿੱਧੂ ਨਾਲ ਕੋਈ ਬਾਡੀ ਗਾਰਡ ਨਹੀਂ ਰਿਹਾ ਲੇਕਿਨ ਉਹ ਕਹਿੰਦੇ ਨੇ ਜੀ ਪੁਲਿਸ ਵਾਲੇ ਕਿ ਜਿਹੜੇ ਹਾਂਜੀ ਜਿਹੜੇ ਮਿਲ ਮੇਰੀ ਪੂਰੀ ਗੱਲ ਕਰ ਲੈਣ ਬਿਲਕੁਲ ਜੀ ਉਹਨਾਂ ਨੇ ਅਲਰਟ ਕਰਤਾ ਵੀ ਜਿਹੜੇ ਮੰਨ ਕੇ ਦੇ ਮਗਰ ਟ੍ਰੈਪ ਤੇ ਪਹਿਲਾਂ ਲੱਗੇ ਹੋਏ ਸੀ ਬੰਦੇ ਉਹਨਾਂ ਨੇ ਅਲਰਟ ਕਰਤਾ ਵੀ ਸਿੱਧੂ ਮੂਸੇ ਵਾਲੇ ਤੋਂ ਵਾਪਸ ਲੈ ਲਏ ਬੰਦੇ ਇਹ ਦੱਸਣਾ ਜ਼ਰੂਰੀ ਹੈ ਖਬਰਾਂ ਦੇ ਵਿੱਚ ਵੀ ਫਲਾਣੇ ਫਲਾਣੇ ਬੰਦੇ ਤੋਂ ਮੇਹ ਲੈ ਲੀਆਂ ਸਭ ਤੋਂ ਵੱਡਾ ਹੱਥ ਤੇ ਇਹਨਾਂ ਦਾ ਗਾ ਹੁਣ ਸੁਰੱਖਿਆ ਕਰਕੇ ਕੀ ਕਰੂ ਕੀ ਕਮੇਟੀਆਂ ਬਣਾ ਕੇ ਕਰੂ ਇੱਥੇ 40 ਪੁਲਿਸ ਵਾਲੇ ਲਾਏ ਪਏ ਹੁਣ ਲਾਏ ਪਏ ਉਹ ਕੀ ਕਰਨਗੇ 40 ਪੁਲਿਸ ਵਾਲੇ ਇੱਥੇ ਨੇ ਬਈ 40 ਇੱਥੇ 40 ਜਾਣੇ ਡਿਊਟੀ ਲੱਗੀ ਹੋਈ ਹੈ ਪੁਲਿਸ ਵਾਲੇ ਦੀ ਹੁਣ ਇਸ ਤੇ ਮੂਸੇ ਵਾਲਾ ਕੀ ਹੁਣ ਜਾ ਚੁੱਕੇ ਆ ਉਹ ਕੀ ਕਰਨੇ ਆ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਦੋ ਉਹਨਾਂ ਕੋਲ ਹੈਗੇ ਸੀਗੇ ਗਨਮੈਨ ਉਹਨਾਂ ਨੂੰ ਵੀ ਨਾਲ ਨਹੀਂ ਲੈ ਕੇ ਗਏ ਸਿੱਧੂ ਮੂਸੇ ਵਾਲਾ ਜਦੋਂ ਘਰੋਂ ਨਿਕਲੇ ਬਿਨਾਂ ਸਿਕਿਉਰਿਟੀ ਤੋਂ ਗਏ ਕਹਿੰਦੇ ਦੋ ਗਨਮੈਨ ਹੈਗੇ ਸੀ ਡੀਜੀਪੀ ਵੱਲੋਂ ਕਿਹਾ ਗਿਆ ਹੈਗਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਹਾਂ ਸੀ ਕਿਉਂਕਿ ਅਲਰਟ ਉਹਨਾਂ ਨੂੰ ਤਾਂ ਪਹਿਲੀ ਪਤਾ ਲੱਗ ਗਿਆ ਸੀ ਵੀ ਇਹਦੇ ਨਾਲ ਹੈ ਨਹੀਂ ਗੇ ਕਿ ਜੇ ਕੱਲ੍ਹ ਨਾ ਉਹ ਖਬਰਾਂ ਦੇ ਵਿੱਚ ਕਹਿੰਦਾ ਨਾ ਉਹ ਲਿਸਟ ਜਾਰੀ ਕਰਦਾ ਤਾਂ ਬੰਦਿਆਂ ਨੂੰ ਝੇਪਤਾ ਰਹਿੰਦੀ ਵੀ ਉਹਦੇ ਨਾਲ ਹੈ ਜਾਂ ਨਹੀਂ ਹੈ ਉਹ ਗੱਲ ਦੇ ਤੁਸੀਂ ਮੈਨੂੰ ਕੁਐਸਚਨ ਦੱਸੋ ਮੈਨੂੰ ਮੈਂ ਸੋਥੋਂ ਪੁੱਛਦਾ ਜੇ ਉਹ ਨਾ ਕਹਿੰਦਾ ਕਿਉਂਕਿ ਸੋਸ਼ਲ ਮੀਡੀਆ 'ਤੇ ਸਿੱਧੂ ਦੀ ਖਬਰ ਸਭ ਤੋਂ ਜ਼ਿਆਦਾ ਫੈਲਦੀ ਹੈ ਜੇ ਉਹ ਨਾ ਕਹਿੰਦਾ ਵੀ ਤੂੰ ਮੈਂ ਵਾਪਸ ਲੈ ਲਏ ਤਾਂ ਜੋ ਮੰਨ ਕੇ ਚੱਲੋ ਵੀ ਗੈਂਗਸਟਰ ਸੀ ਉਹਨਾਂ ਦਾ ਡਰ ਸੀ ਨਾ ਬਣਿਆ ਹੋਇਆ ਸੀ ਨਾ ਅਤੇ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਇੰਟਰ ਗੈਂਗ ਵਾਰ ਕਿਤੇ ਇਹਨੂੰ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਬਿਸ਼ਨੋਈ ਗਰੁੱਪ ਹੈ ਜਿਸ ਤਰ੍ਹਾਂ ਉਸਨੇ ਜ਼ਿੰਮੇਵਾਰੀ ਲੈ ਲਈ ਹੈਗੀ ਹੈ ਹੋਰ ਤਮਾਮ ਫੇਸਬੁੱਕ 'ਤੇ ਅਕਾਊਂਟਸ ਬਣੇ ਹੋਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਵੀ ਬਦਲਾ ਲਵਾਂਗੇ ਤਮਾਮ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਹਾਲਾਂਕਿ ਜਿਹੜੀ ਪੁਸ਼ਟੀ ਹੋਈ ਹੈ ਉਹ ਇਹ ਕਿ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਜਿਹੜੀ ਹੈ ਡੀਜੀਪੀ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਉਹਨਾਂ ਨੇ ਦੱਸਿਆ ਹੈਗਾ ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਬਾਈ ਜੀ ਗੈਂਗਸਟਰਾਂ ਦਾ ਕੋਈ ਭਾਈ ਨਹੀਂ ਹੁੰਦਾ ਕੋਈ ਭੈਣ ਨਹੀਂ ਹੁੰਦਾ ਉਹਨਾਂ ਦੀ ਦੁਨੀਆ ਇੱਕ ਅਲੱਗ ਹੁੰਦੀ ਆ ਉਹ ਨਾ ਮਾਰ ਲਗੇ ਕਿਸੇ ਨੂੰ ਤਰਸ ਕਰਦੇ ਆ ਉਹਨਾਂ ਨੂੰ ਪਤਾ ਬਾਕੀ ਡੀਜੀਪੀ ਨੇ ਕਿਹਾ ਜੇ ਬਿਸ਼ਨੋਈ ਨੇ ਕਰਿਆ ਤਾਂ ਉਹਨੇ ਜ਼ਿੰਮੇਵਾਰੀ ਲੈਤੀ ਆ ਤਾਂ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਕੋਈ ਬਿਠਾਇਆ ਹੋਇਆ ਪ੍ਰਾਹੁਣਿਆਂ ਵਾਂਗੂ ਕਿਉਂ ਸਾਂਭਦੇ ਆ ਪ੍ਰਾਹੁਣਿਆਂ ਵਾਂਗੂ ਕਿਉਂ ਸੇਵਾ ਕਰਦੇ ਆ ਪ੍ਰਾਹੁਣਿਆਂ ਵਾਂਗੂ ਕਿਉਂ ਜੇਲ੍ਹਾਂ 'ਚ ਰੱਖਦੇ ਆ ਉਹ ਉਹਨਾਂ ਕੋਲ ਮੋਬਾਈਲ ਕਿੱਥੋਂ ਆਉਂਦੇ ਆ ਤੁਹਾਨੂੰ ਲੱਗਦਾ ਕਿ ਜਿਹੜਾ ਵਿੱਕੀ ਮਿੱਟੂ ਖੇੜਾ ਦਾ ਕਤਲ ਹੋਇਆ ਸੀ ਉਸ ਨਾਲ ਕੋਈ ਜਿਹੜਾ ਹੈਗਾ ਜਿਹੜਾ ਮੈਨੇਜਰ ਦੀ ਗੱਲਾਂ ਆ ਰਹੀਆਂ ਸੀਗੀਆਂ ਕਿ ਮੂਸੇਵਾਲਾ ਦੇ ਮੈਨੇਜਰ ਉਸ ਦਾ ਕੋਈ ਲਿੰਕ ਦੇਖਦੇ ਹੋ ਵੀਰ ਜੀ ਮੈਂ ਇੱਕ ਗੱਲ ਕਹਿਣਾ ਮੇਰਾ ਪਿੰਡ ਘੁੰਮਣ ਠੀਕ ਹੈ ਜੀ ਇੱਥੇ ਬਹੁਤ ਵੱਡੇ ਵੱਡੇ ਬੰਦੇ ਆ ਰਹੇ ਨੇ ਹਰੇਕ ਦਾ ਉਹਦੇ ਨਾਲ ਮੋਹ ਪ੍ਰੇਮ ਸੀ ਬਿਲਕੁਲ ਇਹ ਬੰਦਾ ਉਹ ਸੀ ਜਿਹੜਾ ਵੀ ਬੰਦੇ ਦੇ ਕੋਲ ਆਉਂਦਾ ਸੀ ਉਹਦੇ ਨਾਲ ਕਦੇ ਗੁੱਸੇ ਨਾਲ ਜਾਂ ਕਦੇ ਵੀ ਕਿਸੇ ਨਾਲ ਪਿਆਰ ਨਾਲ ਆਖਰੀ ਵਾਰ ਗੱਲ ਕਦੋਂ ਹੋਈ ਜੀ ਸਿੱਧੂ ਮੂਸੇਵਾਲੇ ਨਾਲ ਆਖਰੀ ਵਾਰ ਜੇ ਗੱਲ ਹੋਈ ਹੋਵੇ ਤੁਹਾਡੀ ਪਰਸੋਂ ਹੋਈ ਕਿਉਂਕਿ ਮੈਂ ਵੀ ਉਹ ਟਰੈਕਟਰ ਦਾ ਸ਼ੌਂਕੀ ਸੀ ਤੇ ਬਾਈ ਨੇ ਵੀ ਬੈਠੇ ਨਾਲ ਨਾਲ ਬੈਠੇ ਸੀ ਗੱਲਬਾਤ ਕਰ ਰਹੇ ਸੀ ਨਹੀਂ ਫੋਨ ਤੇ ਹੋਈ ਤੇ ਹੋਰ ਕੁਝ ਖਾਸ ਗੱਲਬਾਤ ਕਹੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੀ ਉਹਨਾਂ ਨੂੰ ਕੋਈ ਖਤਰਾ ਹੈਗਾ ਜਾਨ ਨੂੰ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਵੀਰ ਕੁਛ ਨਹੀਂ ਉਹ ਜੇ ਕੁਛ ਇਹ ਯਾਦ ਚੇਤੇ ਹੁੰਦਾ ਦੇਖੋ ਬੰਦੇ ਨੂੰ ਮਾਰਨਾ ਲੋਕ ਕੇ ਮਾਰਨਾ ਉਹ ਕੋਈ ਇਨਸਾਨ ਦਾ ਕੰਮ ਨਹੀਂ ਸ਼ਰੇਆਮ ਮੂਹਰੇ ਆ ਕੇ ਖੜਕਾ ਕੇ ਮਾਰੋ ਉਹ ਗੱਲਾਂ ਹੁੰਦੀਆਂ ਜੀ
ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਦੋ ਗਨਮੈਨ ਹੈਗੇ ਸੀਗੇ ਉਹ ਅਗਰ ਨਾਲ ਲੈ ਕੇ ਗਏ ਹੁੰਦੇ ਸੀ ਮੂਸੇਵਾਲਾ ਤਾਂ ਕਿਤੇ ਨਾ ਕਿਤੇ ਬਚ ਸਕਦੇ ਸੀ? ਜੇ ਹੁਣ ਵੀਰ ਹੁਣ ਆਪਾਂ ਗੋਲੀਆਂ ਰੋੜ ਰਹੇ ਹਾਂ, ਉੱਧਰ ਉੱਧਰ ਨੂੰ ਰੋੜਦੇ ਨੇ ਤੇ ਉੱਧਰ ਉੱਧਰ ਨੂੰ ਰੋੜਦੇ ਨੇ, ਠੀਕ ਹੈ ਨਾ? ਉਹਦੀ ਹੋਣੀ ਸੀ, ਉਹਨੂੰ ਲੈ ਗਈ, ਉਹਨਾਂ ਨੇ ਕੰਮ ਕਰਨਾ ਸੀ ਕਰਤਾ। ਪਰ ਸਰਕਾਰ ਨੂੰ ਅਸੀਂ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਆ? ਸੰਦੀਪ ਅੰਬੀਨਗਰ ਮਾਰਿਆ, ਦੀਪ ਸਿੱਧੂ ਵੀ ਮਾਰਿਆ, ਮਾਰਿਆ ਲੋਕਾਂ ਨੇ ਜੋ ਮਰਜ਼ੀ ਕਹਿਤਾ, ਦੀਪ ਸਿੱਧੂ ਵੀ ਮਾਰਿਆ ਅਤੇ ਹੁਣ ਇਹ ਵੀ ਮਾਰਤਾ, ਵੀ ਸਰਕਾਰ ਫਿਰ ਕਰ ਕੀ ਰਹੀ ਆ? ਸਰਕਾਰ ਬਣੀ ਕਾਹਦੇ ਖਾਤਰ ਆ? 92-93 MLA ਲੈ ਕੇ ਕਰ ਕੀ ਰਹੇ ਆ? ਭਗਵੰਤ ਮਾਨ ਇਹਨੂੰ ਤਾਂ ਆਪਦੀ ਭੈਣ ਨੂੰ ਦੇਸਾਂ ਸਕਿਉਰਟੀ ਦੇ ਰੱਖੀ, ਮਾਂ ਨੂੰ ਦੇ ਰੱਖੇ, ਆਪ 750 ਬੰਦਾ, 100 ਬੰਦਾ ਕੇਜਰੀਵਾਲ ਨੂੰ ਦੇਤਾ ਅਤੇ 100 ਚੱਕ ਕੇ ਉਹਨਾਂ ਨੂੰ। ਸਰ ਉਹਨਾਂ ਦੇ ਪਿੰਡ ਦੇ ਹੀ ਨਹੀਂ, ਮੇਰਾ ਪਿੰਡ ਬੁਲਾਡਾ ਬਾਈ ਜੀ, ਮੈਂ ਚੰਡੀਗੜ੍ਹ ਆਇਆ ਵਾਂ। ਚੰਡੀਗੜ੍ਹ ਤੋਂ ਖਾਸ ਆਏ? ਹਾਂਜੀ ਹਾਂਜੀ, ਚੰਡੀਗੜ੍ਹ ਹੀ ਰਹਿੰਦਾ ਵਾਂ ਉੱਥੇ। ਠੀਕ ਹੈ, ਔਰ ਤੁਸੀਂ ਜੀ? ਮੈਂ ਵੀ ਚੰਡੀਗੜ੍ਹ ਤੋਂ ਹੀ ਆਇਆ ਜੀ। ਚਲੋ ਕੰਟੈਕਟ ਸੀਗੇ ਆਪ ਪ੍ਰੋਜੈਕਟ ਸੀਗੇ ਮੂਸੇਵਾਲਾ ਜੀ, ਸਾਰੇ ਸੀ, ਸਾਰੇ ਕੰਟੈਕਟ ਸੀਗੇ। ਜਿਹੜਾ ਜਿਹੜਾ ਬੰਦਾ ਉਹਦੇ ਕੋਲ ਇੱਕ ਵਾਰੀ ਵਗ ਗਿਆ ਨਾ, ਉਹਦੇ ਕੋਲ ਘੰਟਾ ਲਾ ਲਿਆ ਤੇ ਉਹਦਾ ਭਾਈ ਬਣ ਜਾਂਦਾ, ਕਿਉਂਕਿ ਉਹ ਬੰਦਾ ਕੀ ਕੀ ਮਤਲਬ SIT ਇੱਕ ਬਣਾ ਦਿੱਤੀ ਗਈ ਹੈਗੀ ਹੈ, ਫਿਰ ਅੱਗੇ ਕੀ ਕਰਵਾਈ ਦੀ ਉਮੀਦ ਕਰਦੇ ਬਾਈ ਜੀ? ਜੋ ਕੁਛ ਮਰਜ਼ੀ ਬਣਾਈ ਜਾਵੇ, ਜਾਂ ਤਾਂ ਕਮੇਟੀ ਤੋਂ ਸੋਚੋ ਜੋ ਤੁਸੀਂ ਕਹਿ ਰਹੇ ਹੋ ਉਹ ਚੀਜ਼ਾਂ ਬਣਾਉਣ, ਵੀ ਗੈਂਗਵਾਰ ਨੂੰ ਜਮਾਂ ਜੜੋਂ ਖਤਮ ਕਰਨਾ। ਇਹ ਬਣਾ ਕੇ 2 ਦਿਨ ਕਰਕੇ ਮੁੜ ਕੇ ਚੁੱਪ, ਦੀਪ ਸਿੱਧੂ ਦਾ ਕੀ ਪਤਾ ਕਰ ਲਿਆ? ਅੰਬੀ ਨੰਗਲ ਦਾ ਕੀ ਕਰਤਾ? ਜੋ ਪਹਿਲਾਂ ਅੰਬੀ ਨੰਗਲ ਵੀ ਮਾਰਿਆ ਸੀ ਉਹਦੇ ਖਾਤਰ ਕੀ ਕਰਤਾ? ਫੜ ਕੇ ਅੰਦਰ ਦੇਤੇ ਉਹ ਗੱਡੀਆਂ ਦੱਸੀਆਂ ਜਾ ਰਹੀਆਂ ਰਿਕਵਰ ਕੀਤੀਆਂ ਗਈਆਂ ਨੇ ਬਾਈ ਜੀ। ਜਿਵੇਂ ਦੇਖੋ ਪੁਲਿਸ ਵਾਲੇ ਨੂੰ ਮਾਰਿਆ ਸੀ, ਜੈਪੁਰ ਭੁੱਲਰ ਨਹੀਂ ਮਾਰਿਆ ਸੀ ਨਾ, ਉਹਦੇ ਸਿੱਧੀ ਗੋਲੀ ਮਾਰੀ ਅਤੇ ਗੋਲੀਆਂ ਮਾਰਨ ਇੱਦਾਂ ਕੰਮ ਨਹੀਂ ਮੇੜਨ, ਜਿਹੜਾ ਕਿਸੇ ਦਾ ਕੁੱਖ ਝਾੜਦਾ ਉਹਨੂੰ ਸਿੱਧਾ ਸਿੱਧਾ ਮਾਰਨ। ਅਤੇ ਅੰਮ੍ਰਿਤਾ ਇਸ ਵੇਲੇ ਅਸੀਂ ਨਾਲ ਗੱਲਬਾਤ ਕੀਤੀ, ਜਿਹੜੇ ਉਹਨਾਂ ਦੇ ਕਰੀਬੀ ਸੀ, ਦੱਸ ਰਹੇ ਸੀ ਕਿ ਪਰਸੋਂ ਹੀ ਉਹਨਾਂ ਨਾਲ ਗੱਲਬਾਤ ਹੋਈ ਸੀ ਸਿੱਧੂ ਮੂਸੇਵਾਲਾ ਨਾਲ, ਟਰੈਕਟਰ ਲੈ ਕੇ ਤਮਾਮ ਚੀਜ਼ਾਂ ਨੇ। ਲੇਕਿਨ ਹੁਣ ਅਗਰ ਗੱਲ ਕੀਤੀ ਜਾਵੇ, ਇੱਥੇ ਗੌਰਵ ਤੂਰਾ ਜਿਹੜੇ SSP ਨੇ ਉਹ ਇੱਥੇ ਆਏ ਸੀਗੇ ਕੁਛ ਸਮੇਂ ਪਹਿਲਾਂ, ਉਹਨਾਂ ਨੇ ਗੱਲਬਾਤ ਕੀਤੀ। ਔਰ ਇਸ ਤੋਂ ਇਲਾਵਾ ਬਠਿੰਡਾ IG ਰੇਂਜ ਜਿਹੜੇ ਹੈਗੇ ਜਿਹਨਾਂ ਨੂੰ SIT ਦੀ ਜ਼ਿੰਮੇਵਾਰੀ ਸੌਂਪੀ ਗਈ ਹੈ DGP ਵੱਲੋਂ, ਕਿਉਂਕਿ ਭਗਵੰਤ ਮਾਨ ਦੇ ਹੁਕਮ ਹੋਏ ਨੇ ਅਤੇ ਉਹ ਵੀ ਇੱਥੇ ਆਏ ਸੀਗੇ। ਸਾਰਿਆਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਪੂਰੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ 2 ਗੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਜ਼ਿਕਰ ਜਿਹੜਾ ਹੈ ਬੁਲੈਰੋ ਔਰ ਸਕੋਰਪੀਓ ਦਾ ਤਾਂ ਹੋ ਰਿਹਾ ਹੈ ਅਤੇ ਉਹ ਰਿਕਵਰ ਦਾ ਕਿਹਾ ਜਾ ਰਿਹਾ ਕੀਤੀਆਂ ਨੇ। ਇਸ ਤੋਂ ਇਲਾਵਾ ਇੱਕ ਕਰੋਲਾ ਗੱਡੀ ਦੀ ਵੀ ਗੱਲਬਾਤ ਚੱਲੀ ਜਾ ਰਹੀ ਹੈ। ਤਮਾਮ ਚੀਜ਼ਾਂ ਅਸੀਂ ਸਪਸ਼ਟ ਕਰਾਂਗੇ। ਫਿਰ ਤਸਵੀਰਾਂ ਇੱਕ ਵਾਰ ਦਿਖਾ ਦਈਏ ਕਿ ਇਹੀ ਮੋਰਚਰੀ ਹੈਗੀ ਹੈ ਜਿੱਥੇ ਜਿਹੜਾ ਹੈਗਾ ਇਸ ਵੇਲੇ ਸਿੱਧੂ ਮੂਸੇਵਾਲੇ ਦਾ ਜਿਹੜਾ ਹੈ ਡੈਡ ਬੋਡੀ ਰੱਖੀ ਗਈ ਹੈ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਕੱਲ੍ਹ ਪੋਸਟਮਾਰਟਮ ਤੋਂ ਬਾਅਦ ਜਿਹੜਾ ਹੈ ਡੈਡ ਬੋਡੀ ਦਿੱਤੀ ਜਾਵੇਗੀ ਉਹਨਾਂ ਦੀ ਫੈਮਿਲੀ ਨੂੰ ਅਤੇ ਪੇਰੈਂਟਸ ਅਗਰ ਗੱਲ ਕੀਤੀ ਜਾਵੇ ਉਹਦੇ ਫਾਦਰ ਔਰ ਮਦਰ ਇਸ ਵੇਲੇ ਜਾ ਚੁੱਕੇ ਨੇ ਇੱਥੋਂ, ਕਾਫੀ ਦੇਰ ਉਹ ਇੱਥੇ ਰਹੇ ਲੇਕਿਨ ਉਹਨਾਂ ਦੀ ਸਥਿਤੀ ਜਿਹੜੀ ਹੈ ਨਾਜ਼ੁਕ ਸੀਗੀ ਉਹ ਸਮਝ ਸਕਦੇ ਹੈਗੇ ਆ ਅਤੇ ਇਸ ਵੇਲੇ ਸਿਕਿਉਰਿਟੀ ਦਾ ਇੱਥੇ ਵੀ ਪ੍ਰਬੰਧ ਕੀਤਾ ਗਿਆ। ਤੁਸੀਂ ਤਸਵੀਰਾਂ ਲਾ ਦੇਖ ਸਕਦੇ ਹੋ, ਇੱਥੇ ਵੀ ਸਿਕਿਉਰਿਟੀ ਜਿਹੜੀ ਹੈ ਮੋਰਚਰੀ ਦੇ ਬਾਹਰ ਵੀ ਤੈਨਾਤ ਕੀਤੀ ਗਈ ਹੈਗੀ ਹੈ। ਹੋਰ ਅਸੀਂ ਤੁਹਾਨੂੰ ਦੱਸ ਦਈਏ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਲੈ ਕੇ ਪੂਰਾ ਇੱਥੇ ਮਾਨਸਾ ਤੱਕ ਹੋਰ ਵੀ ਥਾਂ ਥਾਂ 'ਤੇ ਪੂਰੇ ਨਾਕਾਬੰਦੀ ਕੀਤੀ ਗਈ ਹੈ, ਥਾਂ ਥਾਂ 'ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਜਿਹੜੀ ਰਿਕਵਰ ਹੋ ਗਈਆਂ ਗੱਡੀਆਂ ਉਸ ਤੋਂ ਬਾਅਦ ਹੁਣ ਬੰਦਿਆਂ ਦੀ ਭਾਲ ਜਿਹੜੀ ਹੈਗੀ ਹੈ ਉਹ ਜਾਰੀ ਹੈਗੀ ਹੈ। ਹੋਰ ਤਮਾਮ ਐਂਗਲ ਨਾਲ ਪੁਲਿਸ ਜਿਹੜੀ ਹੈ ਇਸ ਦੀ ਤਫਤੀਸ਼ ਕਰਨ ਲੱਗੀ ਹੋਈ ਹੈਗੀ ਹੈ। ਹਾਲਾਂਕਿ ਹੁਣ ਕੀ ਨਿਕਲ ਕੇ ਆਵੇਗਾ ਉਹ ਤਮਾਮ ਚੀਜ਼ਾਂ ਨੇ, DGP ਨੇ ਤਪੀਸੀ ਕੀਤੀ, ਇੱਕ SIT ਬਣਾਤੀ, ਉਹ SIT ਹੁਣ ਕੀ ਕੰਮ ਕਰੇਗੀ? ਅਲੱਗ ਅਲੱਗ ਐਂਗਲ ਪੁਲਿਸ ਕਹਿ ਰਹੀ ਹੈ ਅਸੀਂ ਹਰ ਇੱਕ ਐਂਗਲ ਨਾਲ ਤਫਤੀਸ਼ ਕਰਾਂਗੇ। ਔਰ ਦੱਸਿਆ ਜਾ ਰਿਹਾ ਕਿ 30 ਤੋਂ ਵੱਧ ਜਿਵੇਂ ਦੱਸਿਆ ਗਿਆ ਸੀ ਰਾਊਂਡ ਫਾਇਰ ਹੋਏ ਸੀਗੇ ਅਤੇ ਉਸ 'ਤੇ ਵੀ ਜਿਹੜਾ ਕਿਹਾ ਕਿ ਹਰ ਇੱਕ ਚੀਜ਼ ਦੀ ਬਰੀਕੀ ਨਾਲ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਕਿ 3 ਵੈਪਨ ਅੱਡ ਅੱਡ ਸੀਗੇ। ਹਾਲਾਂਕਿ AK-47 ਦੀ ਗੱਲ ਚੱਲੀ ਸੀ ਲੇਕਿਨ ਉਹਨੇ ਇਹੋ ਜਿਹਾ ਕੁਛ ਨਹੀਂ ਕਿਹਾ ਪੰਜਾਬ ਪੁਲਿਸ ਨੇ ਅਤੇ ਤਮਾਮ ਚੀਜ਼ਾਂ ਨਾਲ ਤਫਤੀਸ਼ ਜਾ ਰਹੀ ਹੈ। ਮੋਰਚਰੀ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਸੀ, ਹੋਰ ਵੀ ਪਲ ਪਲ ਦੀ ਅਪਡੇਟ ਜ਼ੀ ਮੀਡੀਆ ਲਗਾਤਾਰ ਜਿਹੜਾ ਹੈ ਆਪਣੇ ਦਰਸ਼ਕਾਂ ਤੱਕ ਪੁੱਜਦੀ ਕਰੇਗਾ। ਜੀ ਅੰਮ੍ਰਿਤਾ।